ਵੀਰ ਦੇ ਵੇ ਨਾਂਗ ਕਾਲਾ ਨਾਂਗ ਏ ਅਤੇ ਬਹੁ ਵੱਡਾ ਅਤੇ ਛੱਜਲੀ ਬੜਾਈ ਬੈਠਾ ਜਲ ਅਸੀਂ ਠੀਕ ਹੈ ਪਤਾ ਲੱਗੇ ਹੀ ਜੂ ਨਿਕਲਾ ਪਈ ਹੋਵੇ ਆਇਆ ਮੇਰੇ ਕੋਲ ਪਈ ਹੋਵੇ ਇਹਨੇ ਵੀ ਤਾਂ ਕਹਿ ਨਹੀਂ ਮੇਰੇ ਕੋਲ ਬੁਨੀਏ ਜੀ ਕਹਿ ਨਹੀਂ ਹਾਈ ਪੀਆ ਮਾਮੂ ਇਹ ਕੋਈ ਵਾਰ ਪਤਨੀ ਹੈ ਕਈ ਸ਼ਾ ਜਿਹੜੀ ਆਉਂਦੀ ਹੈ ਤੇ ਬਹਿੰਦੀ ਹੈ ਭਾਈ ਹੱਥ 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 ਬੰਨਣ ਡਿਆ ਤੇਰੇ ਵਲਾਗ ਦੇ ਚੱਕਰ ਵਿੱਚ ਮਰ ਬਦਲ ਪੱਕਾ ਕੰਮ ਹੁਣ ਲਈ ਯਾਦ ਪਿਆ ਮਹੀ ਥਾਈ ਹੈ ਹੁਣ ਕਈ ਸ਼ਾ ਕਹਿ ਨੀ ਵੱਡਾ ਨਾਂ ਇੱਕ ਸਾਈਡ ਦਿੱਤੀ ਮੰਜਣ ਤੋਂ ਬਿਲਕੁਲ ਛੋਟਾ 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 ਤੂੰ ਇੱਕ ਸਾਈਡ ਤੇ ਵੱਡਾ ਨਾਂ ਬਹੁ ਵੱਡਾ ਨਾਂ ਚਲ ਹੁਣ ਠੀਕ ਹੈ ਹੁਣ ਠੀਕ ਹੈ ਬਸ ਹੁਣ ਹੁਣ ਠੀਕ ਹੈ ਹੁਣ 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 ਬਣੇ ਤਾਂ ਬਣਾ ਕਿਲੋ ਬਸ ਹੁਣ ਬਣਾ ਕਿਲੋ ਓਏ ਉਹਨੇ ਦੱਸਿਆ ਡਾਟਾ ਪੈਰ ਨਾ ਲਾ ਦਫਾ ਕਰ ਪਰਾਂ ਇਤਨਾ ਤੱਕ ਰਹੀ ਆ ਪਤਾ ਨੀ ਪਹਿਲੀ ਦਫਾ ਨਾਂਗ ਕਾਲਾ ਨਾਂਗ ਏ ਤੇ ਬਹੁ ਵੱਡਾ ਤੇ ਛੱਜਲੀ ਬੜਾਈ ਬੈਠਾ ਜਲੇ ਕੁੰਦਰੂ ਕੱਢਿਆ ਨਾ ਤੇ ਹਮਲੇ ਤਾਂ ਚੰਗੇ ਕੀਤੇ ਸੀ ਬਸ ਇਡੂ ਅਡੂ ਲੱਕੜੀਆਂ ਹਨ ਤੇ ਇਹ ਵਜ੍ਹਾ ਤੂੰ ਇਹਨੂੰ ਮਾਰਨ 'ਚ ਟਾਈਮ ਲੱਗ ਗਿਆ ਨਾ ਤਾਂ ਸਿੱਧੀ ਕੋ ਇੱਕ ਲੱਗ ਵਜਾ ਤਾਂ ਇੱਕ ਨਾਲੇ ਬਹੁ ਥੀ ਵਜਾ ਇੱਕ ਇਹ ਕਮ ਅਜ਼ ਕਮ ਇਹ ਇੱਕ ਫੁੱਟ ਦੋ ਫੁੱਟ ਤਰੇ ਫੁੱਟ ਚਾਰ ਫੁੱਟ ਦਾ ਹੀ ਵੇ ਇਹ ਹੁਜ਼ੈਮ ਦੇ ਕੱਜ ਜਿਤਨਾ ਹੈ ਬੰਦਾ ਪੰਜ ਫੁੱਟ ਦਾ ਹੁੰਦਾ ਤੇ ਚਾਰ ਫੁੱਟ ਦਾ ਹੈ ਤਕਰੀਬਨ
रिश्तेदार मारन अक्स दे पिछू लग पे सारिया कहानिया आखन की गल हकीकत जेड़ा कुछ भी है पेट्रोल सटे हाली जान है मैं थोड़ी देर को मेरी जान निकलन दे बाल भाल लाऊं इंदे तो पेट्रोल सटे ने उ तो असा लकड़ी कट्ठिया करके तो बेच बाल लेने बा लेकिन हुण इंदे पेट्रोल सटे ने पाया तो बाल भाल ला रहे सो इनू इतने एक साइड है ना कर लो इतने सड़क ते किधर काड़वन काड़वन हुणे पकड़ा ढक्कन तो ला उते हुण करो चाल कर भाई तेरे साथ बंद तीली ला बस सदा तीली तू तीली मां जैसे बस अभी बचा ले उते बाद है बाद है उते सटी नहीं होना ही नहीं कोई नहीं लकड़ी पीछा कर ले लकड़ी बाल आ गई सी लकड़ी पीछा कर ले नहीं रखते वाह सदा बस ये ठीक फटाके हाँ पूरा ना गया लकड़ियाँ गया नहीं बाहर लगता चार फुट दाई पेट्रोल सट के बाहर आई खड़े से शाइनी स्किन जल गई है शाइनी स्किन गोश्त बन गया गले में डाल वैसे अल्लाह ना करे मैं तो इसको दूर से देखा है मुझे लगता है मेरी टांगों की जान निकल गई इंडिया जो